Sikh is identified by the turban, because to me this is the symbol of Sikhs. I have never thought of being without my hair and turban. In fact, I think I feel very odd. Being a Sardar, you should be very conscious about whatsoever you do. You can't be irresponsible anywhere, because people expect a level of wisdom out of you. And when we are in a teenage, then nobody is in that situation that he can handle that particular a level of wisdom. ਅਜਿਹਾ ਲਿਖਦਾ ਥੋੜ੍ਹਾ ਜਿਹਾ ਜ਼ਮਾਨਾ ਐਡਵਾਂਸ ਹੋ ਗਿਆ, ਲੋਕਾਂ ਦੇ ਬਹਾਨੇ ਹੁੰਦੇ ਨੇ, ਜਿਵੇਂ ਹੁਣ ਕਿਸੇ ਦੇ ਘਰ ਦੇ ਬੜੇ ਗੁਰਸਿੱਖ ਨੇ, ਉਹ ਬੱਚੇ ਨੂੰ ਬਾਲ ਨਹੀਂ ਕਟਾਉਣ ਦਿੰਦੇ, ਉਹ ਬਹਾਨੇ ਲਾ ਲੈਂਦਾ, ਮੇਰਾ ਤਾਂ ਜੀ ਸਿਰ ਦੁਖਦਾ ਰਹਿੰਦਾ, ਮੇਰੇ ਤੋਂ ਪੱਗ ਨਹੀਂ ਬੰਨੀ ਜਾਂਦੀ ਹੈਗੀ, ਐਂ ਨਹੀਂ ਹੁੰਦਾ ਹੈ, ਮੈਨੂੰ ਪੱਗ ਸੋਹਣੀ ਨਹੀਂ ਬੰਨਣੀ ਆਉਂਦੀ ਹੈਗੀ, ਮੈਂ ਕਾਲਜ ਜਾਂਦਾ ਮੇਰਾ ਮਜ਼ਾਕ ਉੱਡਦਾ, ਤੂੰ ਪੱਗ ਕਹੀ ਜੀ ਬੰਨਦਾ, ਅਤੇ ਮੈਂ ਕਈ ਮੁੰਡਿਆਂ ਦਾ ਸੁਣਿਆ ਵੀ ਹਾਂ ਬਾਲ ਕਟਾਉਂਦੇ, ਕੁੜੀਆਂ ਨੂੰ ਬਾਲ ਕੱਟੇ ਹੋਏ ਮੁੰਡੇ ਪਸੰਦ ਨੇ। ਕਾਲਪੁਰ ਕੀ ਫੌਜ ਵੱਲੋਂ ਅਸੀਂ ਇੱਕ ਤਾਂ ਟਰਬਨ ਪ੍ਰਾਈਡ ਮੂਵਮੈਂਟ ਜਿਹੜੀ ਆ ਉਹ ਰਨ ਕਰ ਰਹੇ ਹਾਂ, ਜਿਹਦੇ 'ਚ ਅਸੀਂ ਟਰਬਨ ਕਲੀਨਿਕ ਹੈ ਜਿਹਦੇ 'ਚ ਦਸਤਾਰ ਕਿਸ ਤਰ੍ਹਾਂ ਸੋਹਣੀ ਬੰਨੀ ਜਾਵੇ ਉਹਦੇ ਬਾਰੇ ਦੱਸਿਆ ਜਾਂਦਾ। ਅਸੀਂ ਮਾਸ ਟਰਬਨ ਟਾਈਮ ਪ੍ਰੋਗਰਾਮਸ ਕਰਦੇ ਹਾਂ, ਜਿਹਦੇ 'ਚ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੀ ਦਸਤਾਰਾਂ ਜਿਹੜੀਆਂ ਸਜਾਈਆਂ ਜਾਂਦੀਆਂ, ਅਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਤੁਹਾਡਾ ਅੱਜ ਤੋਂ ਬਾਅਦ ਤੁਹਾਡਾ ਬੋਡੀ ਦਾ ਪਾਰਟ ਹੈ, ਅਤੇ ਯੂ ਆਰ ਗਰਾਊਂਡ, ਅਤੇ ਅੱਜ ਤੋਂ ਬਾਅਦ ਤੁਸੀਂ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ। ਅਸੀਂ ਇਸਨੂੰ ਹੁਣ ਤੋਂ ਹੀ ਬਚਪਨ ਤੋਂ ਹੀ ਨਹੀਂ ਦੱਸਾਂਗੇ, ਨਹੀਂ ਬੇਟਾ, ਕਿ ਇਹ ਚੀਜ਼ ਸਾਨੂੰ ਕਿਉਂ ਮਿਲੀ ਹੈ ਜਾਂ ਸਾਨੂੰ ਵਿਰਾਸਤ 'ਚ ਮਿਲੀ, ਅਸੀਂ ਇਸਨੂੰ ਕਿਉਂ ਰੱਖਣਾ ਹੈ, ਠੀਕ ਹੈ ਨਾ। ਜਦੋਂ ਅਸੀਂ ਇਸਨੂੰ ਸਹੀ ਐਜੂਕੇਟ ਕਰਾਂਗੇ ਤਾਂ ਕਿਉਂ ਨਹੀਂ ਰੱਖੇਗਾ ਇਹ, ਸਾਡੀ ਐਜੂਕੇਸ਼ਨ ਵਿੱਚ ਹੀ ਕੋਈ ਕਮੀ ਹੋਏਗੀ ਜਿਹੜਾ ਸਾਡਾ ਬੱਚਾ ਵੱਡਾ ਹੋ ਕੇ ਬਾਲ ਕਟਵਾਏਗਾ। ਮੇਰੇ ਪੋਤੇ ਨੇ ਜੀ ਜਬ ਜਾਣਾ ਥਾ USA, ਤੋ ਇਸਕੇ ਬਾਪ ਨੇ ਯਾਨੀ ਮੇਰੇ ਲੜਕੇ ਨੇ ਇਸ ਇਹਦੇ ਸਿਰ ਕਟਾ ਬਾਲ ਕਟਾ ਦਿੱਤੇ ਪਹਿਲਾਂ ਹੀ ਜਾਣ ਤੋਂ, ਪਹਿਲਾਂ ਇੱਕ ਦਾ ਕਟਾ ਕੇ ਆਏ, ਫਿਰ ਆਈ ਵਾਸ ਐਂਗਰੀ ਵਿਦ ਹਿਮ ਵੀ ਕਿ ਵਾਈ ਹੈਵ ਯੂ ਕੱਟ ਇਜ਼ ਹੇਅਰ, ਫਿਰ ਦੂਜੇ ਨੂੰ ਵੀ ਉਹ ਨਾਲ ਦੇ ਛੋਟੇ ਭਾਈ ਨੂੰ ਵੀ ਫਿਰ ਲੈ ਗਏ, ਉਹਦੇ ਵੀ ਕਟਾ ਲਿਆ। ਦੋ ਬੱਚੇ ਹੈ, ਇਸ ਤੋਂ ਵੱਡੀ ਬੇਟੀ ਹੈ, ਬੇਟੀ ਸਾਢੇ 15 ਸਾਲ ਦੀ ਹੈ, 10th ਕਲਾਸ 'ਚ ਪੜ੍ਹ ਰਹੀ ਹੈ ਇਸ ਟਾਈਮ, ਔਰ ਉਸਦਾ ਨਾਮ ਅਮਨਦੀਪ ਹੈ, ਘਰ 'ਚ ਵੈਸੇ ਅਸੀਂ ਉਸਨੂੰ ਸਪਨਾ ਕਹਿੰਦੇ ਹਾਂ, ਔਰ ਬੇਟਾ ਜਗਵੀਰ ਔਰ ਵਿੱਕੀ ਕਹਿੰਦੇ ਹਾਂ ਵੈਸੇ ਅਸੀਂ ਉਸਨੂੰ, ਔਰ 14 ਸਾਲ ਦਾ ਕਰੀਬ ਹੋਣ ਵਾਲਾ ਹੀ ਹੈ ਇਹ। ਸਵੇਰੇ ਪਹਿਲੀ ਗੱਲ ਤਾਂ ਇਸਨੂੰ ਉਠਾਉਣਾ ਹੀ ਬਹੁਤ ਮੁਸ਼ਕਿਲ ਹੈ, ਉਠਾ ਕੇ ਇਸਨੂੰ, ਫਿਰ ਉਸ ਤੋਂ ਅਗਰ ਉੱਠ ਜਾਂਦਾ ਫਿਰ ਕਦੇ ਉਹ ਮਤਲਬ ਦੂਸਰੀ ਸਾਈਡ ਬੈਠ ਜਾਣਾ, ਇਸਨੇ ਉੱਥੇ ਸੌ ਜਾਣਾ, ਫਿਰ ਇਸਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਉਠਾਉਣ ਦੀ, ਕਈ ਵਾਰ ਪਾਪਾ ਤੋਂ ਝਿੜਕਾਂ ਵੀ ਖਾ ਲੈਂਦਾ ਉੱਠਣ ਲੱਗਿਆ ਤਾਂ, ਔਰ ਫਿਰ ਉੱਠ ਕੇ ਫਿਰ ਤਾਂ ਨਹਾਉਣ ਨੂੰ ਚਲੇ ਜਾਂਦਾ ਆਰਾਮ ਨਾਲ, ਬਸ ਸਿਰ ਬਾਨ 'ਚ ਫਿਰ ਮੁਸ਼ਕਿਲ ਕਰਦਾ, ਫਿਰ ਪੰਜ ਦਸ ਮਿੰਟ ਲਗਵਾ ਦੇਣੇ ਮੇਰੇ ਸਵੇਰੇ ਸਿਰ ਬਾਨ 'ਚ, ਔਰ ਜਿਸ ਦਿਨ ਸਿਰ ਧੋਇਆ ਹੁੰਦਾ ਉਸ ਦਿਨ ਤਾਂ ਅੱਧਾ ਅੱਧਾ ਘੰਟਾ ਵੀ ਲੱਗ ਜਾਂਦਾ, ਅੱਧਾ ਪੌਣਾ ਘੰਟਾ ਵੀ ਦੌੜ ਜਾਂਦਾ, ਅੱਧੇ ਵਾਲ ਪਵਾ ਕੇ ਛੁਡਾ ਕੇ ਦੌੜ ਜਾਂਦਾ, ਫਿਰ ਬਹੁਤ ਔਖੀ ਕਰਦਾ ਹੈ। ਪਟਕਾ ਤਾਂ ਮਤਲਬ ਛੋਟੇ ਤੋਂ ਹੀ ਬੰਨਣਾ ਸ਼ੁਰੂ ਕਰ ਦਿੰਦੇ ਹੈ, ਜਦੋਂ ਅਗਰ ਤਾਂ ਬਾਲ ਜ਼ਿਆਦਾ ਹੁੰਦੇ ਹੈ ਤਾਂ ਜਿਸ ਹਿਸਾਬ ਨਾਲ ਮਤਲਬ ਜੂੜਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਬਚਪਨ ਤੋਂ ਹੀ ਪਟਕਾ ਸ਼ੁਰੂ ਕਰ ਦਿੰਦੇ ਹੈ, ਔਰ ਥੋੜ੍ਹਾ ਵੱਡਾ ਜਿਸ ਤਰ੍ਹਾਂ ਹੁਣ 14-15 ਸਾਲ ਦਾ ਹੋ ਜਾਂਦਾ ਤਾਂ ਸਕੂਲ ਵਿੱਚ ਵੀ ਵੈਸੇ ਕੰਪਲਸਰੀ ਹੋ ਹੀ ਜਾਂਦਾ 8th ਕਲਾਸ ਤੋਂ ਪੱਗ ਬੰਨਣੀ, ਤਾਂ ਉਸ ਸਮੇਂ ਅਸੀਂ ਪੱਗ ਇੱਦਾਂ ਨਹੀਂ ਕਿ ਮਤਲਬ ਪੱਗ ਲਿਆਏ ਔਰ ਪੱਗ ਬੰਨਣੀ ਸ਼ੁਰੂ ਕਰਤੀ, ਪਹਿਲੇ ਇੱਕ ਰਸਮ ਕੀਤੀ ਜਾਂਦੀ ਹੈ ਜਿਸ ਨੂੰ ਦਸਤਾਰਬੰਦੀ ਆਪਾਂ ਜੋ ਅੱਜ ਕਰਨ ਜਾ ਰਹੇ ਹਾਂ ਬੇਟੇ ਦੀ, ਅਤੇ ਉਸ ਫਿਰ ਉਸ ਤੋਂ ਬਾਅਦ ਹੀ ਪੱਗ ਬੰਨੀ ਜਾਂਦੀ ਹੈ। ਪੱਗ ਬੰਨਣੀ ਹੈ ਨਾ, ਬਾਲ ਬੁਲ ਕਟਵਾਉਣ ਦਾ ਕੋਈ ਇਰਾਦਾ ਤਾਂ ਨਹੀਂ ਹੈ ਨਾ, ਬਾਲ ਤਾਂ ਨਹੀਂ ਕਟਵਾਉਣ ਨੂੰ ਵੈਸੇ ਕਹਿੰਦਾ ਨਹੀਂ ਹੈ, ਸਭ ਤੋਂ ਪਹਿਲੀ ਪੱਗ ਜੋ ਬੰਨਦਾ ਉਹ ਮਾਮਾ ਹੀ ਬੰਨਦਾ, ਤਾਂ ਅੱਜ ਮੇਰਾ ਬ੍ਰਦਰ ਆ ਰਿਹਾ ਪੱਗ ਲੈ ਕੇ, ਤਾਂ ਅਸੀਂ ਗੁਰਦੁਆਰੇ 'ਚ ਦਸਤਾਰਬੰਦੀ ਕਰਨ ਜਾ ਰਹੇ ਹਾਂ ਇਸ ਲਈ। ਹੋਰ ਲੈਂਦੇ ਵੈਸੇ ਕਾਹਦੇ ਫੋਟੋਆਂ ਜੀ।
मेरा नाम रुपिंदर सिंह आ, पिंड साडा तुंगा आ, पटियाले जिले में पैंदा आ, छोटा जिहा पिंड आ। साडी छोटी जी फैमिली आ, मम्मी पापा ते भरा आ, एक भाभी जी ने। मैं जदों छोटे होंदे टीवी देखदा सीगा ते कि सारे जानदे सी, जिद्दां मतलब कि छोटे होंदे एक्टर होंदे सी, सारी दुनिया उन्हूं जानदी। मैं सोचदा सी मैनूं, मैं वी मतलब एवें फेमस होवां, मतलब कि सारी दुनिया मैनूं जाणे। एक्टिंग दे विच दो चीज़ां ने, एक तां पैसा ते दूजा नाम रोशन होंदा।